ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨਾਮ ਸਰ ਤੁਹਾਡਾ? ਬੂਟਾ ਸਿੰਘ ਜੀ। ਬੂਟਾ ਸਿੰਘ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਉਹਦੇ ਬਾਰੇ ਜਾਣਕਾਰੀ ਦਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਗੁਰਬਾਣੀ ਕੀਰਤਨ ਅਤੇ ਸਨਮਾਨਿਤ ਸਮਾਰੋਹ ਅਸੀਂ ਕਰਾ ਰਹੇ ਹਾਂ ਜੀ ਇਹ ਲਾਧੂਗਾ ਮੰਡੀ ਸ਼ਗਨ ਪੈਲਸ ਦੇ ਵਿੱਚ। ਇਸ ਦਾ ਜਿਹੜਾ ਮੁੱਖ ਕਾਰਨ ਹੈ ਜੀ, ਜਿੱਦਾਂ ਸਾਡੇ ਬਹੁਤ ਸਾਰੇ ਬੱਚੇ ਨੇ, ਕੋਈ ਸਟੱਡੀ ਬੇਸ 'ਤੇ, ਕੋਈ ਗੇਮ 'ਤੇ, ਕੋਈ ਜ਼ਿਲ੍ਹੇ ਲੈਵਲ 'ਤੇ, ਕੋਈ ਸਟੇਟ ਲੈਵਲ, ਕੋਈ ਨੈਸ਼ਨਲ ਲੈਵਲ, ਕੋਈ ਵੀ ਖੇਡ ਕੇ ਆਉਂਦਾ, ਇੱਕ ਤਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕਰਨਾ ਤਾਂ ਕਿ ਉਹਨਾਂ ਬੱਚਿਆਂ ਦਾ ਉਤਸ਼ਾਹ ਹੋਰ ਵੱਧ ਸਕੇ ਜੀ। ਇਸ ਸਮਾਗਮ ਦਾ ਕੋਈ ਹੋਰ ਵੀ ਮਕਸਦ ਹੈ ਜਾਂ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੀ ਹੈ? ਨਹੀਂ, ਬਸ ਇਹੀ ਹੈ ਜੇ ਕੋਈ ਉਤਸ਼ਾਹਿਤ ਕਰਨਾ ਜੀ। ਬਾਕੀ ਜੋ ਵੀ ਜਥੇਬੰਦੀ ਵੱਲੋਂ, ਜੋ ਰਾਜ ਸਿੱਖ ਆਜ਼ਾਦ ਸਨ ਵੱਲੋਂ ਜੋ ਕੰਮ ਕੀਤੇ ਜਾਂਦੇ ਨੇ, ਉਹਨਾਂ ਬਾਰੇ ਵੀ ਅਸੀਂ ਦੱਸਾਂਗੇ, ਜੋ ਸਮਾਜ ਦੇ ਵਿੱਚ ਜਿੱਦਾਂ ਸਮਾਜ ਦੀ ਏਕਤਾ ਬਣਾਉਣ ਵਾਸਤੇ, ਔਰ ਦੂਸਰਾ ਜਿਹੜਾ ਸਾਡਾ ਨੌਜਵਾਨ ਨੇ ਜੋ ਜਿਹੜੇ ਨਸ਼ਿਆਂ ਦੇ ਦਲਦਲ ਦੇ ਵਿੱਚ ਦੱਸਦੇ ਜਾ ਰਹੇ ਨੇ, ਉਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਅਤੇ ਮਹਾਂਪੁਰਸ਼ਾਂ ਦੇ ਨਾਲ ਜੋੜਨ ਦੇ ਵਾਸਤੇ ਅਸੀਂ ਇਹ ਉਪਰਾਲਾ ਜਿਹੜਾ ਕਰ ਰਹੇ ਹਾਂ। ਕੀ ਸਰ ਇਹ ਜਿਹੜਾ ਇਕੱਠ ਹੈ, ਕਿਤੇ ਵਿਧਾਨ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨ ਦੇ ਕਾਰਨ ਤਾਂ ਨਹੀਂ ਕੀਤਾ ਗਿਆ ਜੀ ਇਕੱਠ ਵਿਖਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਜੀ? ਨਹੀਂ ਨਹੀਂ ਭਾਜੀ, ਅਸੀਂ ਅੱਜ ਤੱਕ ਨਾ ਤਾਂ ਕਦੀ ਕੀਤਾ ਅਤੇ ਨਾ ਹੀ ਅਸੀਂ ਕਰ ਰਹੇ ਹਾਂ, ਕਿਉਂਕਿ ਇਹ ਤਾਂ ਗੁਰਬਾਣੀ ਹੈ ਨਾ ਜੀ, ਮਹਾਂਪੁਰਸ਼ਾਂ ਦੇ ਜਿਹੜੇ ਬਚਨ ਸੁਣਨਗੇ ਅਤੇ ਉਹਦੇ ਨਾਲ, ਕਿਉਂਕਿ ਜਿਹੜਾ ਨੌਜਵਾਨ ਹੈ ਜੋ ਭਟਕ ਰਿਹਾ ਉਹ ਸਿੱਧੇ ਰਸਤੇ ਆ ਜਾਏਗਾ ਜੀ, ਹੈ ਨਾ ਜੀ। ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਤਾਂ ਇਸ ਮੌਕੇ 'ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਇਸ ਗੁਰਬਾਣੀ ਕੀਰਤਨ ਨੂੰ ਸੁਣਨ ਆਏ ਆ ਜਾਂ ਨਹੀਂ ਆਏ? ਅਸੀਂ ਸੰਗਤਾਂ ਨੂੰ ਇੱਕ ਤਾਂ ਇਹੀ ਅਪੀਲ ਕਰ ਰਹੇ ਹਾਂ ਕਿ ਇੱਕ ਤਾਂ ਜਿੰਨਾ ਵੀ ਸਾਡੇ ਮਹਾਂਪੁਰਸ਼ਾਂ ਦੀ ਬਾਣੀ ਆ, ਇਤਿਹਾਸ ਆ, ਉਹਨਾਂ ਨੂੰ ਜਿਹੜਾ ਸਵਰਨ ਕਰਕੇ ਉਹਨਾਂ ਦਾ ਅਮਲ ਕੀਤਾ ਜਾਵੇ ਅਤੇ ਉਹਨਾਂ ਦੇ ਪੂਰਨ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਦੂਸਰਾ, ਅਸੀਂ ਸਾਰੀ ਸੰਗਤ ਦਾ, ਹੋਰ ਸਾਡੇ ਕੋਈ ਵੀ ਦਾਨੀ ਸੱਜਣ ਜੋ ਕੋਈ ਵੀਰ ਆ ਜਿਨ੍ਹਾਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ, ਸਹਿਯੋਗ ਕੀਤਾ, ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਦੂਜਾ, ਜਿੰਨੀ ਵੀ ਸੰਗਤ ਸਾਡੀ ਆਈ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਕਿ ਮਾਲਕ ਉਹਨਾਂ ਨੂੰ ਦਿਨ ਚੌਗਣੀ ਅਤੇ ਤਰੱਕੀ ਦੇਵੇ। ਇੱਕ ਨਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਹੈ ਨਸ਼ਿਆਂ ਤੋਂ ਦੂਰ ਕਰਨਗੇ ਨੌਜਵਾਨਾਂ ਨੂੰ, ਜੇ ਹੋਰ ਵੀ ਉਪਰਾਲੇ ਕੀਤੇ ਜਾਣ? ਹਾਂਜੀ ਹਾਂਜੀ, ਇੱਦਾਂ ਦੇ ਜੇ ਅਸੀਂ ਤਾਂ ਕਰਦੇ ਹੀ ਆ ਰਹੇ ਹਾਂ, ਕੋਈ ਰੈਲੀਆਂ ਵੀ ਕਰ ਰਹੇ ਹਾਂ, ਸਮਾਗਮ ਧਾਰਮਿਕ, ਇਸ ਕਰਕੇ ਕਿਉਂਕਿ ਸਾਡੇ ਲੋਕ ਜਿਹੜੇ ਆ, ਸਾਡਾ ਸਮਾਜ ਆ ਬਹੁਤ ਸਾਰਾ ਜਿਹੜਾ ਪਛੜਿਆ ਆ ਜੀ, ਉਸ ਮਤਲਬ ਇਸ ਰਸਤੇ ਵੱਲ ਨਹੀਂ ਜਾ ਰਿਹਾ, ਪਰ ਉਹਨਾਂ ਨੂੰ ਜਿਹੜਾ ਜੋੜਿਆ ਜਾਵੇ ਤਾਂ ਕਿ ਲੋਕ ਇਸ ਬਾਣੀ ਦੇ ਨਾਲ ਜੁੜ ਸਕਣ, ਆਪਦਾ ਜਿਹੜਾ ਜੀਵਨ ਨੂੰ ਸਫਲ ਵੀ ਨਾਲ ਕਰ ਸਕਣ। ਜੀ ਮਿਹਰਬਾਨੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨਾਮ ਸਰ ਤੁਹਾਡਾ? ਕੁਲਦੀਪ ਸਿੰਘ ਕਚੂਰਾ ਜੀ। ਕੁਲਦੀਪ ਸਿੰਘ ਜੀ, ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਇਸ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਾਡੇ ਜਿਵੇਂ ਤੁਹਾਡੇ ਭਰਾ ਸਾਹਿਬ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈਗੀ ਆ ਕਿ ਸਾਡੇ ਭਰਾ ਸਾਰੇ ਗੁਰਬਾਣੀ ਨਾਲ ਜੁੜਨ ਸਭ ਤੋਂ ਵੱਧ, ਔਰ ਸਭ ਤੋਂ ਸਰਬੱਤ ਦੇ ਭਲੇ ਲਈ ਅਸੀਂ ਇਹ ਅੱਜ ਗੁਰਬਾਣੀ ਕੀਰਤਨ ਸਮਾਰੋਹ ਪ੍ਰਤਿਭਾ ਸਮਾਰੋਹ ਅੱਜ ਰੱਖਿਆ ਹੈਗਾ, ਜੋ ਰਾਜ ਸਿੱਖ ਆਜ਼ਾਦ ਸੈਨਾ ਵੱਲੋਂ ਔਰ ਸਾਡੇ ਸਮਾਜ ਸੇਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਅੱਜ ਸ਼ਗਨ ਪੈਲਸ ਮੰਡੀ ਲਾਧੂਗਾ ਵਿਖੇ ਰੱਖਿਆ ਗਿਆ ਹੈਗਾ। ਤਾਂ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕੀਤੀ ਔਰ ਵੱਧ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ, ਸਾਰੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਇਨਾਮ ਵੰਡ ਸਮਾਰੋਹ ਦੀ ਵੀ ਤੁਸੀਂ ਗੱਲ ਕੀਤੀ ਹੈ, ਤਾਂ ਜਾਣਨਾ ਚਾਹਾਂਗੇ ਕਿ ਕਿੰਨਾ ਕਿੰਨਾ ਜਿਹੜੇ ਨੌਜਵਾਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਏਗਾ? ਇਸ ਤਰ੍ਹਾਂ ਜੀ, ਜਿਵੇਂ ਸਾਡੇ ਬੱਚੇ ਕਾਫੀ ਕੋਈ ਨੈਸ਼ਨਲ ਪੱਧਰ 'ਤੇ, ਸਟੇਟ ਲੈਵਲ 'ਤੇ, ਜ਼ਿਲ੍ਹਾ ਲੈਵਲ 'ਤੇ,
ਗੇਮਾਂ 'ਚ, ਐਜੂਕੇਸ਼ਨ 'ਚ, ਮਤਲਬ ਕਿਤੇ ਵੀ ਕਿਸੇ ਦੇ ਵਿੱਚ ਵੀ ਕਿਸੇ ਦੀ ਅਚੀਵਮੈਂਟ ਹੈ, ਤਾਂ ਜੋ ਉਹਨਾਂ ਨੂੰ ਅਸੀਂ ਇੱਕ ਸਟੇਜ 'ਤੇ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਸਕੀਏ, ਤਾਂ ਜੋ ਦੂਸਰੇ ਬੱਚੇ ਜਿਹੜੇ ਆਏ ਉਹਨਾਂ ਨੂੰ, ਉਹਨਾਂ ਦੇ ਅੰਦਰ ਵੀ ਇੱਕ ਮੋਟੀਵੇਸ਼ਨ ਮਿਲੇ, ਕਿਉਂਕਿ ਸਾਨੂੰ ਆਮ ਹੀ ਪਤਾ ਚੱਲਦਾ ਕਿ ਬੱਚੇ ਸਾਡੇ ਵਰਲਡ ਲੈਵਲ ਤੱਕ ਵੀ ਕਈ ਗੇਮਾਂ ਜਿੱਤ ਕੇ ਆਉਂਦੇ ਆ, ਜੋ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਗਾ। ਤਾਂ ਸਾਰੇ ਵੀਰਾਂ ਦੀ ਇੱਕ ਕੋਸ਼ਿਸ਼ ਸੀਗੀ ਕਿ ਅਸੀਂ ਇਹਨਾਂ ਨੂੰ ਘਿਓਣਾ ਵੇਖ ਕੇ ਇੱਕ ਆਪਣੇ ਸਟੇਜ 'ਤੇ ਸਨਮਾਨਿਤ ਕੀਤਾ ਜਾ ਸਕੇ, ਤਾਂ ਜੋ ਇਹਨਾਂ 'ਚ ਮੋਟੀਵੇਸ਼ਨ ਮਿਲੇ। ਹੋਰ ਵੀ ਕਈ ਜਥੇਬੰਦੀਆਂ ਨੇ ਪੰਜਾਬ ਵਿੱਚ, ਤਾਂ ਜਿਹੜਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਕਿ ਉਹਨਾਂ ਜਥੇਬੰਦੀਆਂ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਉਹਨਾਂ ਨੂੰ ਵੀ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੋਤਸਾਹਨ ਕੀਤਾ ਜਾਵੇ? ਬਿਲਕੁਲ ਜੀ ਬਿਲਕੁਲ, ਵੈਸੇ ਤਕਰੀਬਨ ਸਮੇਂ ਸਮੇਂ 'ਤੇ ਹਰੇਕ ਜਥੇਬੰਦੀ ਵੱਲੋਂ ਕਰਿਆ ਜਾਂਦਾ ਹੈਗਾ ਜੀ। ਠੀਕ, ਇਸ ਮੌਕੇ ਜਿਹੜਾ ਸੰਗਤਾਂ ਨੂੰ ਸੰਦੇਸ਼, ਨੌਜਵਾਨਾਂ ਨੂੰ ਸੰਦੇਸ਼? ਸਾਡਾ ਹਾਂਜੀ, ਸਾਡਾ ਸੰਦੇਸ਼ ਇਹੀ ਹੈ ਕਿ ਆਪਸੀ ਏਕਤਾ, ਆਪਸੀ ਭਾਈਚਾਰਾ ਬਣਾ ਕੇ ਰੱਖੋ, ਸਾਰਾ ਸਮਾਜ ਆਪਣੇ ਹੈਗੇ ਆ, ਸਾਰਿਆਂ ਨਾਲ ਆਪਸੀ ਏਕਤਾ ਬਣੀ ਰਹੇ, ਲੜਾਈ ਝਗੜਿਆਂ ਤੋਂ ਦੂਰ ਰਹੋ, ਇਹੀ ਹੈ ਸਾਡਾ ਸਾਰਿਆਂ ਦਾ ਸੰਦੇਸ਼। ਔਰ ਪਰਮਾਤਮਾ ਦਾ ਨਾਮ ਲਓ, ਗੁਰਬਾਣੀ ਦੇ ਨਾਲ ਜੁੜੋ ਔਰ ਆਪਣਾ ਜੀਵਨ ਸਫਲ ਬਣਾਓ ਜੀ। ਮਿਹਰਬਾਨੀ।